ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਸੁਤੰਤਰਤਾ ਦਿਵਸ ਮੌਕੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸੀਏ ਕਿ ਝਟਕਾ ਦਿੰਦੇ ਹੋਏ ਆਪਣੀ ਸੀਮਾਂਤ ਲਾਗਤ ਦੀ ਉਦਾਰਦਾਰੀ ਯਾਨੀ ਕਿ MCLR ਵਧਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਵੱਖ ਵੱਖ ਕਾਰਜਕਾਲਾਂ ਦੇ ਲਈ ਆਪਣੇ MCLR ਦੇ ਵਿੱਚ 10 ਬੇਸਿਕ ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ ਵੀਰਵਾਰ 15 ਅਗਸਤ ਯਾਨੀ ਕਿ ਅੱਜ ਤੋਂ ਲਾਗੂ ਹੋ ਜਾਣਗੀਆਂ। ਤੁਹਾਨੂੰ ਦੱਸੀਏ ਕਿ ਉਧਾਰ ਦਰਾਂ ਦੀ ਮਾਰਜਨਲ ਲਾਗਤ ਉਹ ਦਰਾਂ ਜਿਨ੍ਹਾਂ ਤੋਂ ਹੇਠਾਂ ਬੈਂਕ ਗ੍ਰਾਹਕਾਂ ਨੂੰ ਕਰਜ਼ਾ ਨਹੀਂ ਦੇ ਸਕਦਾ। MCLR ਵਧਾਉਣ ਦੇ ਫੈਸਲੇ ਤੋਂ ਬਾਅਦ ਗ੍ਰਾਹਕਾਂ ਦੇ ਕਈ ਤਰ੍ਹਾਂ ਦੇ ਲੋਨ ਜਿਵੇਂ ਕਿ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਮਹਿੰਗੇ ਹੋ ਗਏ ਨੇ। ਭਾਰਤੀ ਸਟੇਟ ਬੈਂਕ ਨੇ ਰਾਤੋ ਰਾਤ ਸੀਮਾਂਤ ਲਾਗਤ ਲੈਂਡਿੰਗ ਦਰਾਂ ਦੇ ਵਿੱਚ 10 ਬੇਸਿਕ ਅੰਕਾਂ ਦਾ ਵਾਧਾ ਕੀਤਾ ਹੈ। ਇਹ 8.10% ਤੋਂ ਵਧਾ ਕੇ 8.20% ਹੋ ਗਿਆ। ਇਸ ਦੇ ਨਾਲ ਇੱਕ ਮਹੀਨੇ ਦਾ MCLR 8.35% ਤੋਂ ਵਧਾ ਕੇ 8.45% ਹੋ ਗਿਆ। 3 ਮਹੀਨਿਆਂ ਦੇ MCLR ਦੀ ਗੱਲ ਕਰੀਏ ਤਾਂ 8.40% ਤੋਂ ਵਧਾ ਕੇ 8.50% ਕਰ ਦਿੱਤਾ ਗਿਆ। 6 ਮਹੀਨਿਆਂ ਦਾ MCLR 8.75% ਤੋਂ ਵਧਾ ਕੇ 8.85% ਅਤੇ 1 ਸਾਲ ਦੇ MCLR ਦੀ ਦਰ 8.85% ਤੋਂ ਵਧਾ ਕੇ 8.95% ਕਰ ਦਿੱਤੀ ਗਈ ਹੈ। 2 ਸਾਲਾਂ ਦੀ ਗੱਲ ਕਰੀਏ ਤਾਂ MCLR 8.95% ਤੋਂ ਵਧਾ ਕੇ 9.05% ਜਿਹੜਾ ਹੈ ਉਹ ਵਧਾਇਆ ਗਿਆ। 3 ਸਾਲਾਂ ਦੇ MCLR ਦੀ ਜਿਹੜੀ ਦਰਾਂ ਦੇ ਵਿੱਚ ਵਾਧਾ ਹੈ ਉਹ 9% ਤੋਂ ਵਧਾ ਕੇ 9.10% ਕਰ ਦਿੱਤੀ ਗਈ ਹੈ। ਜੂਨ 2024 ਤੋਂ ਲਗਾਤਾਰ 3 ਵਾਰ MCLR ਵਧਾਇਆ ਗਿਆ। ਸਸਤੇ ਕਰਜ਼ੇ ਦੀ ਉਮੀਦ ਕਰ ਰਹੇ ਕਰੋੜਾਂ ਗਾਹਕਾਂ ਨੂੰ SBI ਲਗਾਤਾਰ ਝਟਕੇ ਦੇ ਰਿਹਾ। ਬੈਂਕ ਨੇ ਜੂਨ 2024 ਤੋਂ ਹੁਣ ਤੱਕ ਕੁੱਲ 3 ਵਾਰ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ ਕੁਝ ਕਾਰਜਕਾਲਾਂ ਦੇ ਲਈ ਵਿਆਜ ਦਰਾਂ ਦੇ ਵਿੱਚ 30 ਬੇਸਿਸ ਪੁਆਇੰਟ ਜਿਹੜੇ ਨੇ ਉਹ ਵਧਾਏ ਗਏ ਨੇ। ਧਿਆਨਯੋਗ ਹੈ ਕਿ ਰਿਜ਼ਰਵ ਬੈਂਕ ਦੀ ਹਾਲ ਹੀ ਦੇ ਵਿੱਚ ਹੋਈ MPC ਮੀਟਿੰਗ ਦੇ ਵਿੱਚ ਲਗਾਤਾਰ 9ਵੀਂ ਵਾਰ ਰੇਪੋ ਦਰ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਸੁਤੰਤਰਤਾ ਦਿਵਸ ਮੌਕੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸੀਏ ਕਿ ਝਟਕਾ ਦਿੰਦੇ ਹੋਏ ਆਪਣੀ ਸੀਮਾਂਤ ਲਾਗਤ ਦੀ ਉਦਾਰਦਾਰੀ ਯਾਨੀ ਕਿ MCLR ਵਧਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਵੱਖ ਵੱਖ ਕਾਰਜਕਾਲਾਂ ਦੇ ਲਈ ਆਪਣੇ MCLR ਦੇ ਵਿੱਚ 10 ਬੇਸਿਕ ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ ਵੀਰਵਾਰ 15 ਅਗਸਤ ਯਾਨੀ ਕਿ ਅੱਜ ਤੋਂ ਲਾਗੂ ਹੋ ਜਾਣਗੀਆਂ। ਤੁਹਾਨੂੰ ਦੱਸੀਏ ਕਿ ਉਧਾਰ ਦਰਾਂ ਦੀ ਮਾਰਜਨਲ ਲਾਗਤ ਉਹ ਦਰਾਂ ਜਿਨ੍ਹਾਂ ਤੋਂ ਹੇਠਾਂ ਬੈਂਕ ਗ੍ਰਾਹਕਾਂ ਨੂੰ ਕਰਜ਼ਾ ਨਹੀਂ ਦੇ ਸਕਦਾ। MCLR ਵਧਾਉਣ ਦੇ ਫੈਸਲੇ ਤੋਂ ਬਾਅਦ ਗ੍ਰਾਹਕਾਂ ਦੇ ਕਈ ਤਰ੍ਹਾਂ ਦੇ ਲੋਨ ਜਿਵੇਂ ਕਿ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਮਹਿੰਗੇ ਹੋ ਗਏ ਨੇ। ਭਾਰਤੀ ਸਟੇਟ ਬੈਂਕ ਨੇ ਰਾਤੋ ਰਾਤ ਸੀਮਾਂਤ ਲਾਗਤ ਲੈਂਡਿੰਗ ਦਰਾਂ ਦੇ ਵਿੱਚ 10 ਬੇਸਿਕ ਅੰਕਾਂ ਦਾ ਵਾਧਾ ਕੀਤਾ ਹੈ। ਇਹ 8.10% ਤੋਂ ਵਧਾ ਕੇ 8.20% ਹੋ ਗਿਆ। ਇਸ ਦੇ ਨਾਲ ਇੱਕ ਮਹੀਨੇ ਦਾ MCLR 8.35% ਤੋਂ ਵਧਾ ਕੇ 8.45% ਹੋ ਗਿਆ। 3 ਮਹੀਨਿਆਂ ਦੇ MCLR ਦੀ ਗੱਲ ਕਰੀਏ ਤਾਂ 8.40% ਤੋਂ ਵਧਾ ਕੇ 8.50% ਕਰ ਦਿੱਤਾ ਗਿਆ। 6 ਮਹੀਨਿਆਂ ਦਾ MCLR 8.75% ਤੋਂ ਵਧਾ ਕੇ 8.85% ਅਤੇ 1 ਸਾਲ ਦੇ MCLR ਦੀ ਦਰ 8.85% ਤੋਂ ਵਧਾ ਕੇ 8.95% ਕਰ ਦਿੱਤੀ ਗਈ ਹੈ। 2 ਸਾਲਾਂ ਦੀ ਗੱਲ ਕਰੀਏ ਤਾਂ MCLR 8.95% ਤੋਂ ਵਧਾ ਕੇ 9.05% ਜਿਹੜਾ ਹੈ ਉਹ ਵਧਾਇਆ ਗਿਆ। 3 ਸਾਲਾਂ ਦੇ MCLR ਦੀ ਜਿਹੜੀ ਦਰਾਂ ਦੇ ਵਿੱਚ ਵਾਧਾ ਹੈ ਉਹ 9% ਤੋਂ ਵਧਾ ਕੇ 9.10% ਕਰ ਦਿੱਤੀ ਗਈ ਹੈ। ਜੂਨ 2024 ਤੋਂ ਲਗਾਤਾਰ 3 ਵਾਰ MCLR ਵਧਾਇਆ ਗਿਆ। ਸਸਤੇ ਕਰਜ਼ੇ ਦੀ ਉਮੀਦ ਕਰ ਰਹੇ ਕਰੋੜਾਂ ਗਾਹਕਾਂ ਨੂੰ SBI ਲਗਾਤਾਰ ਝਟਕੇ ਦੇ ਰਿਹਾ। ਬੈਂਕ ਨੇ ਜੂਨ 2024 ਤੋਂ ਹੁਣ ਤੱਕ ਕੁੱਲ 3 ਵਾਰ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ ਕੁਝ ਕਾਰਜਕਾਲਾਂ ਦੇ ਲਈ ਵਿਆਜ ਦਰਾਂ ਦੇ ਵਿੱਚ 30 ਬੇਸਿਸ ਪੁਆਇੰਟ ਜਿਹੜੇ ਨੇ ਉਹ ਵਧਾਏ ਗਏ ਨੇ। ਧਿਆਨਯੋਗ ਹੈ ਕਿ ਰਿਜ਼ਰਵ ਬੈਂਕ ਦੀ ਹਾਲ ਹੀ ਦੇ ਵਿੱਚ ਹੋਈ MPC ਮੀਟਿੰਗ ਦੇ ਵਿੱਚ ਲਗਾਤਾਰ 9ਵੀਂ ਵਾਰ ਰੇਪੋ ਦਰ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।